ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਸਤਵਿੰਦਰ ਕੌਰ ਅੱਜ ਤੁਹਾਡੇ ਲਈ ਬਹੁਤ ਸੋਹਣੇ, ਬਹੁਤ ਹੀ ਪਿਆਰੇ ਬਲੈਕ ਕਲਰ ਦੇ ਵਿੱਚ ਸੂਟ ਲੈ ਕੇ ਆਈ ਹਾਂ, ਜਿਹੜੇ ਕਿ ਬਹੁਤ ਹੀ ਸੋਹਣੇ ਬਣੇ ਹੋਏ ਆ। ਸਲਵਾਰ ਦੇ ਪੌਂਚਿਆਂ 'ਤੇ ਵੀ ਵਰਕ ਆ ਅਤੇ ਕਾਫੀ ਸੋਹਣੇ ਸੋਹਣੇ ਸੂਟ ਨੇ। ਸਾਰੇ ਸੂਟਾਂ ਦੀ ਜਿਹੜੀ ਕਲੈਕਸ਼ਨ ਆ ਬਹੁਤ ਹੀ ਵਧੀਆ ਹੋਈ ਹੈ, ਅਤੇ ਤੁਸੀਂ ਜ਼ਰੂਰ ਵੀਡੀਓ ਦੇ ਨਾਲ ਜੁੜੇ ਰਹੋ ਅਤੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਨੇ ਜਾਂ ਮੇਰੇ ਭਰਾ ਨਵੇਂ ਨੇ, ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਦਬਾਓ, ਤਾਂ ਕਿ ਹੈ ਨਾ ਤੁਹਾਡੇ ਕੋਲ ਸਾਰੀਆਂ ਅਪਡੇਟਸ ਨੇ ਜਿਹੜੀਆਂ ਨਵੀਆਂ ਨਵੀਆਂ ਮਿਲਦੀਆਂ ਨੇ। ਚਲੋ ਜੀ, ਦੇਖਦੇ ਆਪਾਂ ਨਵੇਂ ਨਵੇਂ ਸੋਹਣੇ ਸੋਹਣੇ ਸੂਟ, ਅਤੇ ਅੱਜ ਤੁਹਾਨੂੰ ਬਲੈਕ ਕਲਰ ਦੇ ਸੂਟਾਂ ਦੇ ਨਾਲ ਦਿਖਾਉਣੇ ਆ ਵਰਕ ਕਿੱਦਾਂ ਦਾ, ਕੀ ਗੱਲਬਾਤ ਹੈ, ਅਤੇ ਫੈਬਰਿਕ ਵੀ ਤੁਹਾਨੂੰ ਦੱਸਾਂਗੇ ਜਿਹੜਾ ਕਿ ਕਰੀਬ ਦਾ ਗਾ। ਬਹੁਤ ਹੀ ਸੋਹਣਾ ਦੇਖੋ ਮੋਰਨੀ ਵਾਲਾ ਸੂਟ ਹੈ, ਗਲੇ ਦੇ ਉੱਪਰ ਜਿਹੜੀਆਂ ਕਿ ਮੋਰਨੀਆਂ ਬਣੀਆਂ ਹੋਈਆਂ ਨੇ, ਅਤੇ ਨਾਲ ਹੀ ਆਪਾਂ ਦੇਖਾਂਗੇ ਅਤੇ ਕਲੀਆਂ ਪਾ ਕੇ ਹੀ ਇਹਦਾ ਜਿਹੜਾ ਕਿ ਵਰਕ ਆ ਉਹ ਹੋਇਆ ਹੋਇਆ ਕਲੀਆਂ ਦੇ ਨਾਲ। ਨੀਚੇ ਘੇਰੇ 'ਤੇ ਵੀ ਵਰਕ ਹੈ ਜੀ, ਉੱਪਰ ਦੇਖੋ ਮੋਰਨੀਆਂ ਨੇ, ਅਤੇ ਇਹਦੀਆਂ ਜਿਹੜੀਆਂ ਸਲੀਵਸ ਨੇ, ਸਲੀਵਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹੜਾ ਕਿ ਵਰਕ ਹੋਇਆ ਹੋਇਆ, ਉਹ ਵੀ ਬਹੁਤ ਸੋਹਣਾ ਲੱਗਦਾ, ਬਹੁਤ ਸੋਹਣੀ ਲੁੱਕ ਦੇ ਵਿੱਚ। ਐਂਡ ਇਹ ਵੇਖੋ ਤੁਸੀਂ ਸਲਵਾਰ, ਸਲਵਾਰ ਦੇ ਪੌਂਚਿਆਂ ਦੇ ਉੱਪਰ ਵੀ ਜਿਹੜੀਆਂ ਕਿ ਮੋਰਨੀਆਂ ਉਹ ਬਣੀਆਂ ਹੋਈਆਂ ਨੇ। ਦੇਖੋ ਜੀ, ਇਹ ਮੋਰਨੀਆਂ ਵਾਲਾ ਸੂਟ ਹੈ, ਬਹੁਤ ਸੋਹਣੀ ਲੁੱਕ ਦੇ ਵਿੱਚ ਮੋਰਨੀਆਂ ਜਿਹੜੀਆਂ ਬਣੀਆਂ ਸਲਵਾਰ ਦੇ ਪੌਂਚਿਆਂ ਦੇ ਉੱਪਰ ਐਂਡ ਚੈਸਟ ਦੇ ਉੱਪਰ ਨੇ, ਅਤੇ ਤੁਸੀਂ ਵੀ ਇਹ ਮੋਰਨੀਆਂ ਨੂੰ ਇੱਥੇ ਵੀ ਬਣਵਾ ਸਕਦੇ ਹੋ, ਨੀਚੇ ਘੇਰੇ 'ਤੇ ਵੀ ਬਣਵਾ ਸਕਦੇ ਹੋ, ਜੇ ਤੁਹਾਡੀ ਇੱਛਾ ਬਾਹਾਂ 'ਤੇ ਬਣਾ ਸਕਦੇ ਹੋ, ਜੇ ਤੁਸੀਂ ਇੱਥੋਂ ਕੱਟ ਕਰਨਾ ਚਾਹੁੰਦੇ ਹੋ ਇਹਨੂੰ ਕੱਟ ਕਰਕੇ ਮੋਰਨੀਆਂ ਨੂੰ ਇਸ ਸਾਈਡ 'ਤੇ ਬਣਾ ਸਕੋ, ਕਿਉਂਕਿ ਆਪਾਂ ਔਨ ਆਰਡਰ 'ਤੇ ਹੀ ਜਿਹੜੇ ਸੂਟ ਨੇ ਉਹ ਰੈਡੀ ਕਰਦੇ ਹਾਂ ਤੁਹਾਡੀ ਚੋਇਸ ਦੇ ਅਕੋਰਡਿੰਗ, ਅਤੇ ਤੁਸੀਂ ਕਿਸੇ ਵੀ ਕਲਰ 'ਤੇ ਕਿਸੇ ਵੀ ਰੰਗ 'ਤੇ ਅਤੇ ਡਿਜ਼ਾਇਨ ਨੂੰ ਕੱਟ ਵੱਢ ਕਰਕੇ ਛੋਟਾ ਮੋਟਾ ਜਿਵੇਂ ਵੀ ਕਰਵਾਉਣਾ ਉੱਦਾਂ ਹੀ ਆਪਾਂ ਇਹ ਡਿਜ਼ਾਇਨ ਨੂੰ ਬਣਾ ਦੇਵਾਂਗੇ ਜੀ। ਚਲੋ ਆਪਾਂ ਨੈਕਸਟ ਸੂਟ ਵੀ ਤੁਹਾਨੂੰ ਦਿਖਾਉਂਦੇ ਹਾਂ। ਆਪਾਂ ਦੂਸਰਾ ਸੂਟ ਜਿਹੜਾ ਕਿ ਉਹ ਵੀ ਬਲੈਕ ਕਲਰ ਦੇ ਉੱਪਰ ਹੈ, ਉਹਦੇ ਨਾਲ ਆਪਾਂ ਨੇ ਦੇਖੋ ਇਹ ਬਲੈਕ ਕਲਰ ਦਾ ਦੁਪੱਟਾ ਪਲੇਨ ਬਣਾ ਕੇ ਇਹਦੇ ਉੱਪਰ ਆਪਣੇ ਇਹ ਪੀਚ ਕਲਰ ਦੀ ਲੇਸ ਲਗਾਈ ਹੈ, ਬਿਲਕੁਲ ਬਰੀਕ ਜੀ, ਕਿਉਂਕਿ ਇਹ ਬਹੁਤ ਸੁਬਰ ਜਿਹਾ ਸੂਟ ਮੰਗਦੇ ਸੀਗੇ ਉੱਦਾਂ ਹੀ, ਅਤੇ ਇਹਦਾ ਜਿਹੜਾ ਕਲਰ ਹੈ ਮੂਵ ਕਲਰ ਹੈ, ਮੂਵ ਕਲਰ ਦਾ ਬਹੁਤ ਸੋਹਣਾ ਰੰਗ ਲੱਗ ਰਿਹਾ ਜਿਹੜਾ ਕਿ ਸੂਟ, ਅਤੇ ਇਹਦਾ ਵਰਕ ਤੁਸੀਂ ਵੇਖ ਸਕਦੇ ਹੋ ਸਾਰਾ ਪਫ ਵਾਲੀ ਮਸ਼ੀਨ ਦੇ ਨਾਲ ਰੈਡੀ ਹੋਏਗਾ, ਅਤੇ ਇਹ ਤੁਸੀਂ ਦੇਖੋ ਕਾਰਨਰ ਐਂਡ ਸੈਂਟਰ ਘੇਰੇ ਦੇ ਵਿੱਚ ਸਾਰਾ ਡਿਜ਼ਾਇਨ ਹੈ ਜਿਹੜਾ ਕਿ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਬਣੇਗਾ, ਐਂਡ ਇਹਦਾ ਜਿਹੜਾ ਬਾਜੂ ਹੈ ਬਾਜੂ ਵੀ ਬਹੁਤ ਸੋਹਣੇ ਲੱਗਦੇ ਨੇ। ਤੁਸੀਂ ਵੀ ਐਵੇਂ ਦੇ ਸੋਹਣੇ ਸੋਹਣੇ ਨਵੇਂ ਨਵੇਂ ਡਿਜ਼ਾਇਨਰ ਸੂਟ ਸਾਡੇ ਤੋਂ ਬਣਵਾ ਸਕਦੇ ਹੋ, ਚਾਹੀਦੇ ਹੋ ਕਿਸੇ ਵੀ ਕਲਰ 'ਚ, ਹੁਣ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸਾਡੇ ਕੋਲ ਆਰਡਰ ਕਰਨ ਤੋਂ ਬਾਅਦ, ਅਤੇ ਤੁਸੀਂ ਸਾਡੇ 'ਤੇ ਵਿਸ਼ਵਾਸ ਕਰਕੇ ਸਾਨੂੰ ਜ਼ਰੂਰ ਆਰਡਰ ਕਰੋ। ਥੈਂਕ ਯੂ ਜੀ, ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਅਤੇ ਬਸ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ, ਇਹ ਮੇਰਾ ਫਰਜ਼ ਹੁੰਦਾ ਕਹਿਣ ਦਾ, ਤੁਹਾਡਾ ਕੰਮ ਹੁੰਦਾ ਵੀਡੀਓ ਸ਼ੇਅਰ ਕਰਨ ਦਾ ਫਰਜ਼। ਥੈਂਕ ਯੂ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ।